ਇੱਥੇ ਤੱਕ ਆ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਜੇ ਸਾਡੀ ਸਰਕਾਰ ਬਣਦੀ ਆ ਅਸੀਂ ਡਾਇਰੈਕਟ ਫਲਾਈਟ ਕੈਨੇਡਾ ਟੂ ਅੰਮ੍ਰਿਤਸਰ ਲੈ ਕੇ ਆਵਾਂਗੇ। ਉਹਦੇ ਨਾਲ ਨਾਲ ਬਿਕਾਜ਼ ਉਹਨਾਂ ਨੇ ਜਿੰਨੀ ਵੀ ਆਊਟਰੀਚ ਕੀਤੀ ਆ ਕੈਨੇਡਾ 'ਚ, ਉਹਨਾਂ ਨੇ ਬਹੁਤ ਸਾਰੇ ਲੋਕਾਂ ਤੋਂ ਇਹ ਸੁਣਿਆ ਵੀ ਸਾਨੂੰ ਡਾਇਰੈਕਟ ਫਲਾਈਟ ਚਾਹੀਦੀ ਆ। ਇੱਕ ਪਟੀਸ਼ਨ ਵੀ ਸ਼ੁਰੂ ਕੀਤਾ ਗਿਆ। ਸੋ ਮੈਂ ਇਹੀ ਅਗੇਨ ਅਪੀਲ ਕਰਦਾ ਸਾਰਿਆਂ ਨੂੰ, ਕੰਜ਼ਰਵੇਟਿਵ ਡੋਟ ਸੀ ਏ ਤੇ ਜਾ ਕੇ ਤੁਸੀਂ ਉਸ ਪਟੀਸ਼ਨ ਦਾ ਆਪਣਾ ਨਾਮ ਤੁਸੀਂ ਪਾਓ, ਐਂਡ ਉਹਦੇ ਨਾਲ ਹੀ ਅਸੀਂ ਹੋਰ ਵੀ ਪ੍ਰੈਸ਼ਰ ਪਾਵਾਂਗੇ ਵੀ ਕੋਈ ਨਾ ਕੋਈ ਡਾਇਰੈਕਟ ਫਲਾਈਟ ਸ਼ੁਰੂ ਹੋ ਜਾਵੇ। ਜੀ, ਇਸੇ ਦੇ ਉੱਤੇ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਇਸ ਪਟੀਸ਼ਨ ਦੇ ਕਾਫੀ ਐਡਵਰਟਾਈਜ਼ਮੈਂਟ ਵੀ ਹੋ ਰਹੀ ਹੈ ਕੈਨੇਡਾ ਟੂ ਅੰਮ੍ਰਿਤਸਰ ਦੇ ਵਾਸਤੇ ਡਾਇਰੈਕਟ ਫਲਾਈਟਸ ਦੇ ਲਈ, ਤੇ ਇਸ ਦੇ ਬਾਰੇ ਜੇਕਰ ਭਵਿੱਖ ਵਿੱਚ ਭਾਰਤ ਸਰਕਾਰ ਦੇ ਵੱਲੋਂ ਹੀ ਸਹਿਯੋਗ ਨਾ ਦਿੱਤਾ ਗਿਆ ਤਾਂ ਫਿਰ ਉਸ ਦੇ ਉੱਤੇ ਕੀ ਹੈ? ਵਟ ਵੀ ਨੀਡ ਰਾਈਟ ਨਾਓ ਇਜ਼ ਬੀ ਜੇ ਕੈਨੇਡਾ ਦੀ ਸਰਕਾਰ ਦੇ ਕੋਲ ਉਹਨਾਂ ਨੇ ਹਜੇ ਤੱਕ ਕੋਈ ਨਾ ਤਾਂ ਪ੍ਰੋਪਰ ਐਡਵੋਕੇਟ ਕੀਤਾ, ਬਿਕਾਜ਼ ਜਦੋਂ ਬਲੂ ਸਕਾਈਜ਼ ਅਗਰੀਮੈਂਟ ਉਹਨਾਂ ਨੇ ਕੀਤੀ ਸੀਗੀ ਉਹਨਾਂ ਨੇ ਅੰਮ੍ਰਿਤਸਰ ਛੱਡਿਆ। ਹੁਣ ਬਾਕੀ ਜੇ ਅਸੀਂ ਮੁਲਕ ਦੇਖੀਏ, ਯੂਕੇ ਕੋਲ ਡਾਇਰੈਕਟ ਫਲਾਈਟ ਆ, ਇਟਲੀ ਵੀ ਕੋਲ ਡਾਇਰੈਕਟ ਫਲਾਈਟ ਆ, ਕਟਾਰ ਵੀ ਕੋਲ ਉਹਨਾਂ ਕੋਲ ਵੀ ਆ, ਆਈ ਬਿਲੀਵ US ਕੋਲ ਵੀ ਆ। ਕੈਨੇਡਾ ਡਜ਼ ਨਾਟ ਹੈਵ ਦਾ ਵਿਲ ਪਾਵਰ ਬਿਕਾਜ਼ ਉਹਨਾਂ ਨੇ ਪ੍ਰੋਪਰ ਆਪਣੇ ਇੱਕ ਤਾਂ ਰਿਲੇਸ਼ਨਸ ਨਹੀਂ ਪ੍ਰੋਪਰ ਰੱਖੇ ਦੂਜੇ ਮੁਲਕਾਂ ਨਾਲ, ਐਂਡ ਦਾ ਸੈਕਿੰਡ ਥਿੰਗ ਵੀ ਜੇ ਜੇ ਪ੍ਰੋਪਰ ਐਡਵੋਕੇਟ ਕਰਨ ਇਹ ਚੀਜ਼ ਲਈ ਇਹ ਹੋ ਸਕਦਾ ਸੀਗਾ। ਬਟ ਜੇ ਪੀਅਰ ਪਾਲੀਐਵ ਜਦੋਂ ਪ੍ਰਾਈਮ ਮਿਨਿਸਟਰ ਬਣਨਗੇ ਅਸੀਂ ਇਹ ਪ੍ਰੋਮਿਸ ਕਰਦੇ ਹਾਂ, ਇਹ ਸਾਡਾ ਵਾਅਦਾ ਆ ਵੀ ਆਹ ਡਾਇਰੈਕਟ ਫਲਾਈਟ ਜ਼ਰੂਰ ਲੈ ਕੇ ਆਵਾਂਗੇ ਐਸ ਸੂਨ ਐਸ ਜਦੋਂ ਵੀ ਸਾਡੀ ਸਰਕਾਰ ਬਣਦੀ ਆ। ਜੀ,